अज की बेहद वड्डी खबर यह है कि गैंगस्टर जयपाल भुल्लर ते जसप्रीत सिंह जस्सी का कोलकाता दे विच एनकाउंटर कर दिता गया। इत्थे पंजाब पुलिस ने कोलकाता एसटीएफ नाल एक सांझा ऑपरेशन चलाया, जिस दौरान इस एनकाउंटर दे विच दोवें पासों गोलीबारी हुई अते दो गैंगस्टर मार दिते गए। दसिया जा रहा है कि मुठभेड़ विच कोलकाता एसटीएफ का एक इंस्पैक्टर जख्मी भी होया, उसकी गोली वजी है, उसनू हस्पताल च भर्ती कराया गया। ये वॉन्टेड गैंगस्टर सन। 15 मई को जगराओं के दो ASI का जो कतल किया गया सी, उस दे विच भी ये दोवें गैंगस्टर वॉन्टेड सन। जयपाल भुल्लर के उपर तां पंजाब, हरियाणा, राजस्थान समेत कई सूबों में 50 तो वध मामले दर्ज सन। इस दे उपर कतल, लुट खो, आर्म्स एक्ट तहत कई मामले दर्ज किए गए सन। कई सूबों का वॉन्टेड सी जयपाल भुल्लर, जिसनों आखिरकार अज कोलकाता दे विच ढेर कर दिता गया। ਅੱਜ ਤਸਵੀਰਾਂ ਕੋਲਕਾਤਾ ਦੀਆਂ ਨੇ ਉਸ ਐਨਕਾਊਂਟਰ ਦੇ ਵੇਲੇ ਦੀਆਂ, ਜਦੋਂ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਇਹਨਾਂ ਦੋਵਾਂ ਗੈਂਗਸਟਰਸ ਦੇ ਲੁਕੇ ਹੋਣ ਦਾ ਪਤਾ ਲੱਗਿਆ ਪੰਜਾਬ ਪੁਲਿਸ ਨੂੰ। ਫਾਇਰਿੰਗ ਹੋਈ ਨਾ, ਫਾਇਰਿੰਗ ਹੋਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਘੇਰਾ ਪਾਇਆ ਗਿਆ ਤੇ ਫਿਰ ਦੋਵੇਂ ਪਾਸੋਂ ਗੋਲੀਆਂ ਵੀ ਚੱਲੀਆਂ, ਜਿਸ ਵਿੱਚ ਦੋਵੇਂ ਗੈਂਗਸਟਰ ਆਖਿਰਕਾਰ ਢੇਰ ਕਰ ਦਿੱਤੇ ਗਏ। ਕੋਲਕਾਤਾ ਪੁਲਿਸ ਐਸਟੀਐਫ ਦਾ ਇੱਕ ਇੰਸਪੈਕਟਰ ਇਸ 'ਚ ਜ਼ਖਮੀ ਵੀ ਹੋਇਆ। ਆਵਾਜ਼ਾਂ ਤੁਸੀਂ ਸੁਣ ਸਕਦੇ ਹੋ, ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਇਹ ਲੁਕੇ ਹੋਏ ਸਨ। ਇੱਕ ਇੰਸਪੈਕਟਰ ਜ਼ਖਮੀ ਹੋਇਆ, ਉਸਦੀ ਤਸਵੀਰ ਵੀ ਉਸ ਤੁਹਾਨੂੰ ਦਿਖਾਵਾਂਗੇ। ਅਤੇ ਦੋਵੇਂ ਗੈਂਗਸਟਰ ਜਿਹੜੇ ਨੇ ਉਹ ਢੇਰ ਕਰ ਦਿੱਤੇ ਗਏ ਨੇ। ਜੈਪਾਲ ਭੁੱਲਰ ਵਾਂਟਡ ਕ੍ਰਿਮੀਨਲ ਸੀ, ਜਿਸ ਨੂੰ ਮਾਰ ਦਿੱਤਾ ਗਿਆ। ਕੋਲਕਾਤਾ ਦੇ ਇੱਕ ਰਿਹਾਇਸ਼ੀ ਇਲਾਕੇ ਦੀਆਂ ਇਹ ਤਸਵੀਰਾਂ ਨੇ, ਤੁਸੀਂ ਵੇਖ ਸਕਦੇ ਹੋ ਅਫੜਾ ਦਫੜੀ ਜਿਹੜੀ ਮੱਚੀ ਹੋਈ ਨਜ਼ਰ ਆ ਰਹੀ ਹੈ। ਇੱਕ ਇੰਸਪੈਕਟਰ ਜੋ ਜ਼ਖਮੀ ਹੋਇਆ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਤਾਂ ਇਹ ਤਸਵੀਰਾਂ ਨੇ ਉਹਨਾਂ ਦੋਵੇਂ ਗੈਂਗਸਟਰਸ ਦੀਆਂ, ਜੋ ਕਿ ਮਾਰ ਮੁਕਾ ਦਿੱਤੇ ਗਏ ਨੇ। ਗੋਲੀਆਂ ਵੱਜੀਆਂ ਨੇ, ਇੱਕ ਛਾਤੀ ਵਿੱਚ, ਮੂੰਹ ਦੇ ਉੱਪਰ ਗੋਲੀ ਵੱਜੀ ਹੈ, ਅਤੇ ਉਸ ਤੋਂ ਬਾਅਦ ਦੋਵੇਂ ਗੈਂਗਸਟਰ ਢੇਰ ਹੋ ਗਏ ਨੇ। ਇਹ ਉਸ ਐਨਕਾਊਂਟਰ ਦੇ ਵੇਲੇ ਦੀਆਂ ਤਸਵੀਰਾਂ ਨੇ। ਆਵਾਜ਼ਾਂ ਵੀ ਗੋਲੀਆਂ ਦੀਆਂ ਜਿਹੜੀਆਂ ਨੇ ਉਹ ਸੁਣਾਈ ਦੇ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ। ਕੋਲਕਾਤਾ ਦੇ ਵਿੱਚ ਐਨਕਾਊਂਟਰ ਹੋਇਆ, ਸਾਥੀ ਸਣੇ ਜੈਪਾਲ ਭੁੱਲਰ ਨੂੰ ਢੇਰ ਕਰ ਦਿੱਤਾ ਗਿਆ। ਦੋ ਤਸਵੀਰਾਂ ਦੀ ਗਵਾਹੀ ਭਰ ਰਹੀਆਂ ਨੇ। ਕੋਲਕਾਤਾ ਦੇ ਵਿੱਚ ਇੱਕ ਲੰਮਾ ਚੌੜਾ ਐਨਕਾਊਂਟਰ ਹੋਇਆ, ਜਿਸ ਦੇ ਵਿੱਚ ਦੋਵੇਂ ਗੈਂਗਸਟਰ ਮਾਰ ਮੁਕਾਏ ਗਏ ਨੇ। ਕਾਫੀ ਗੋਲੀਬਾਰੀ ਇੱਥੇ ਹੋਈ ਹੈ, ਕਈ ਰਾਊਂਡ ਫਾਇਰ ਹੋਏ। ਜਿਸ ਫਲੈਟ ਦੇ ਵਿੱਚ ਰਹਿ ਰਹੇ ਸਨ, ਉੱਥੇ ਕੰਧਾਂ ਦੇ ਉੱਪਰ, ਅਲਮਾਰੀ ਦੇ ਉੱਪਰ ਹਰ ਜਗ੍ਹਾ 'ਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ। ਇਹ ਉਸ ਇਮਾਰਤ ਦੀਆਂ ਉਸ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਿੱਥੇ ਇਹ ਐਨਕਾਊਂਟਰ ਹੋਇਆ ਸੀ। ਲੋਕ ਤੁਸੀਂ ਦੇਖ ਸਕਦੇ ਹੋ ਕਾਫੀ ਡਰ ਗਏ ਹੋਣਗੇ ਉਸ ਵੇਲੇ ਜਦੋਂ ਇਸ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ। ਕਾਫੀ ਗੋਲੀਆਂ ਇੱਥੇ ਚੱਲੀਆਂ ਅਤੇ ਰਿਹਾਇਸ਼ੀ ਇਲਾਕਾ ਪੂਰੀ ਤਰ੍ਹਾਂ ਇੱਥੇ ਜਿੱਥੇ ਲੋਕ ਰਹਿੰਦੇ ਨੇ, ਅਤੇ ਲੋਕ ਇੱਕਦਮ ਡਰ ਕੇ ਜਦੋਂ ਇਕੱਠੇ ਹੋਏ, ਉਸ ਵੇਲੇ ਦੀਆਂ ਵੀ ਤਸਵੀਰਾਂ ਨੇ। ਐਨਕਾਊਂਟਰ ਤੋਂ ਬਾਅਦ ਦੀਆਂ ਤਸਵੀਰਾਂ ਜਦੋਂ ਕਾਫੀ ਭੀੜ ਇੱਥੇ ਦੇਖਣ ਨੂੰ ਮਿਲੀ। ਸ਼ਾਮ ਦੀਆਂ ਤਸਵੀਰਾਂ ਨੇ ਇਹ। ਜੈਪਾਲ ਭੁੱਲਰ, ਜਿਸ ਨੂੰ ਅੱਜ ਐਨਕਾਊਂਟਰ ਦੇ ਵਿੱਚ ਢੇਰ ਕੀਤਾ ਗਿਆ, ਕੌਣ ਹੈ ਜੈਪਾਲ ਭੁੱਲਰ, ਕਿਹੜੇ ਮਾਮਲੇ ਇਸ ਦੇ ਉੱਪਰ ਸਾਨੂੰ, ਉਸ ਦੇ ਬਾਰੇ ਵੀ ਤੁਹਾਨੂੰ ਡਿਟੇਲ ਦੱਸਦੇ ਹਾਂ। 15 ਮਈ ਨੂੰ, ਹਜੇ ਥੋੜ੍ਹੇ ਦਿਨ ਪਹਿਲਾਂ ਹੀ, ਜਗਰਾਓਂ ਦੇ ਵਿੱਚ ਦੋ ASI ਦਾ ਕਤਲ ਕੀਤਾ ਗਿਆ। ਉਸ ਦੇ ਵਿੱਚ ਵੀ ਇਹ ਲੋੜੀਂਦਾ ਸੀ। 10 ਲੱਖ ਰੁਪਏ ਦਾ ਜੈਪਾਲ ਦੇ ਉੱਪਰ ਇਨਾਮ ਰੱਖਿਆ ਗਿਆ ਸੀ। ਜੈਪਾਲ ਦੇ ਸਾਥੀ ਜਸਪ੍ਰੀਤ ਦੇ ਉੱਤੇ ਵੀ 5 ਲੱਖ ਰੁਪਏ ਦਾ ਇਨਾਮ ਸੀ। ਦੋਵੇਂ ਢੇਰ ਕੀਤੇ ਗਏ ਨੇ। ਜੈਪਾਲ ਭੁੱਲਰ ਦੇ ਉੱਤੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ 50 ਤੋਂ ਵੱਧ ਮਾਮਲੇ ਦਰਜ ਸਨ। ਕਤਲ ਦੇ, ਲੁੱਟਾਂ ਖੋਹਾਂ ਦੇ, ਆਰਮਸ ਐਕਟ ਦੇ ਵੀ ਇਹਨਾਂ ਦੇ ਉੱਪਰ ਮਾਮਲੇ ਦਰਜ ਸਨ। ਪਿਛਲੇ 5 ਸਾਲਾਂ ਤੋਂ ਵੱਖ ਵੱਖ ਸੂਬਿਆਂ ਦੀ ਪੁਲਿਸ ਨੂੰ ਭੁੱਲਰ ਦੀ ਭਾਲ ਸੀ। ਹੈਮਰ ਥਰੋ ਦਾ ਕਿਸੇ ਵੇਲੇ ਖਿਡਾਰੀ ਹੁੰਦਾ ਸੀ ਜੈਪਾਲ ਭੁੱਲਰ, ਪਰ ਉਸ ਤੋਂ ਬਾਅਦ ਇਹ ਗੁਨਾਹਾਂ ਦੀ ਦੁਨੀਆ 'ਚ ਅਜਿਹਾ ਫਸਿਆ। ਗੈਂਗਸਟਰ ਸੁੱਖਾ ਕਾਲਵਾ ਦੇ ਕਤਲ ਦੇ ਵਿੱਚ ਵੀ ਜੈਪਾਲ ਦੀ ਸ਼ਮੂਲੀਅਤ ਦੱਸੀ ਜਾ ਰਹੀ ਸੀ। ਕਈ ਮਾਮਲਿਆਂ 'ਚ ਲੋੜੀਂਦਾ ਸੀ, ਕਈ ਕਤਲ ਦੇ ਮਾਮਲੇ, ਲੁੱਟਾਂ ਖੋਹਾਂ ਦੇ ਮਾਮਲੇ ਇਸ ਦੇ ਉੱਪਰ ਦਰਜ ਸਨ, ਅਤੇ ਆਖਿਰਕਾਰ ਇਸ ਨੂੰ ਢੇਰ ਕਰ ਦਿੱਤਾ ਗਿਆ। ਜੋ ਇਸਦਾ ਅੰਜਾਮ ਸੀ ਉਸ ਤੱਕ ਇਹ ਪਹੁੰਚ ਗਿਆ। 15 ਮਈ ਨੂੰ ਜਗਰਾਓਂ ਦੇ ਵਿੱਚ, ਤੁਹਾਨੂੰ ਯਾਦ ਹੋਏਗਾ, 2 ASI ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕਈ ਸਾਰੇ ਮਾਮਲੇ ਸਨ। 10 ਲੱਖ ਰੁਪਏ ਦਾ ਇਨਾਮ ਸੀ। DGP ਦਾ ਬਿਆਨ ਵੀ ਇਸ ਦੇ ਉੱਪਰ ਆਇਆ। ਕੋਲਕਾਤਾ 'ਚ ਜੈਪਾਲ ਐਨਕਾਊਂਟਰ ਦੇ ਮਾਮਲੇ ਦੇ ਉੱਪਰ ASI ਕਤਲ ਵਾਰਦਾਤ ਤੋਂ ਬਾਅਦ 5 ਸੂਬਿਆਂ ਦੇ ਵਿੱਚ ਜੈਪਾਲ ਨੂੰ ਫੜਨ ਲਈ ਜਾਲ ਵਿਛਾਇਆ ਗਿਆ ਸੀ। ਨਹੀਂ, ਚਲੋ ਉਹ ਤੋਂ ਹਮਾਰੇ ਕੰਮ ਨਹੀਂ ਹੈ,
तो वहीं पे वो हुआ है, जो भी पुलिस की कार्रवाई होगी वो वहीं पे होगी, वो तो सो दैट इज़ ऑन द कलकत्ता पुलिस, जो भी मतलब वॉट एवर राइट्स वो हैं वो तो दैट डिपेंड्स अपॉन देयर पेरेंट्स एंड ऑल दैट, सो वो तो ऑब्वियसली वो सब तो होगा ही। नहीं देखो जो कुछ एक गैंग नवां बनया सीगा जिहड़ा सुखा लम्मे वाला गैंग जिहदे विच तीन बंदे अर्शदीप होर वैंकूवर बेस्ड तीन लोग सी जिहड़े असी पिछे वो गैंग नूं बस्ट कीता, मोगा पुलिस ने चंगा काम कीता जिहदे विच दो उन्होंने वारदातां कीतियां होईयां सी, एक वैसटर्न यूनियन वाली भगता भाईके भाईके पिंड विच उन्होंने वारदात कीती सी पिछले साल, सो वो भी उन्होंने कीती हुई सीगी। उदे बाद एक एक परिवार सी हरजीत निज्जर दा पिंड है फिलौर दे विच, उत्थे उन्होंने एक बंदे नूं गोलियां मारियां सी, वो बचाव हो गया सीगा, सो तीन बंदे उत्थे पता लगे हैगे हैं जिहड़े कैनेडा च हैगे हैं, वी आर इन टच विद थ्रू द NIA थ्रू आवर अदर सेंट्रल एजेंसीज, वी आर इन टच विद दैम टू गैट दैम डिपोर्टेड टू उन्हां दे खिलाफ कार्रवाई करन लई, so as in you know very actively we have been involved in all this sade ek inspector utthe kolkata police stf kolkata de ek inspector di zakhmi hon da meri halle gal nahi unna naal ho saki because they were busy in meetings etc but ek inspector I had about sir usko do goliyan lagi hai but he seems to be out of danger do goliyan lagi hai दो गोलियां लगी हां एक इंस्पेक्टर इंजर्ड था इंस्पेक्टर इंजर्ड था इंडिया की सबसे प्यार पंजाब की काउंटर इंटेलिजेंस बहुत फेस्टिवली जाती है वो काम करते हैं ऐसा कोई है कि भी इंटरेस्टेड कोई किसी इनिशिएटिव लेके कोई नोडल एक वो एकदम ग्रुप तैयार हो जेड़ा के भी गेट इंफॉर्मेशन पास ऑन करके का कोई नोडल अफसर या कुछ देखो सुबीर जी साडी इनफैक्ट आई मीन आवर कोऑर्डिनेशन आवर कोऑपरेशन विद I am very proud to say this today that our coordination with the central agencies, with the state police of other states, it has never been better. It is perfect coordination. We have got all the support. In fact, bahut sare sade operation dusre state ja ke hoye hain. Piche assi weapon Amritsar police utte Sikli Ghar ek community hai gi hai jehdi MP de vich hai gi hai. ਅਤੇ ਕਰੀਬ 3-4 ਸਾਡੇ ਓਪਰੇਸ਼ਨ ਹੈ, ਬਹੁਤ ਸਾਰੇ ਵੈਪਨਸ ਅਸੀਂ ਫੜ ਕੇ ਪਿੱਛੇ ਵੀ ਲਿਆਉਂਦੇ, ਅੰਮ੍ਰਿਤਸਰ ਰੂਰਲ ਦੀ ਪੁਲਿਸ ਨੇ, ਪਟਿਆਲਾ ਪੁਲਿਸ ਨੇ, ਸੋ ਇਹ ਬਹੁਤ ਸਾਰੇ ਓਪਰੇਸ਼ਨ ਹੋਏ ਹੈ ਐਂਡ ਵੀ ਹੈਵ ਗੋਟ ਆਲ ਦੀ ਕੋਆਪਰੇਸ਼ਨ ਸੈਂਟਰਲ ਏਜੰਸੀਜ਼ ਦੇ ਨਾਲ ਵੀ। ਅੱਜ ਦਾ ਵੀ ਜਿਹੜਾ ਉਹ ਹੋਇਆ ਮਿਸਟਰ ਡੋਕੇ ਨੇ ਪਹਿਲਾਂ ਗੱਲ ਕੀਤੀ, ਉਹਦੇ ਬਾਅਦ ਫਿਰ ਮੈਂ ਗੱਲ ਕੀਤੀ, ਸੋ ਮਤਲਬ ਸੋ ਵੀ ਕੈਨ ਜਸਟ ਪਿਕ ਅਪ ਦ ਫੋਨ, ਉਹਨਾਂ ਨਾਲ ਗੱਲ ਕਰਕੇ ਅਸੀਂ ਫੋਟੋਆਂ ਵੀ ਭੇਜੀਆਂ, ਡਿਟੇਲਸ ਭੇਜੀਆਂ, ਐਡਰੈਸ ਭੇਜਿਆ, ਸਾਰਾ ਕੁਛ ਭੇਜਿਆ and immediately action, kyunki immediately ajj di date de immediately act na karo ajj di duniya de vich, je oh hun Bharat Kumar nu phadya si mintan de vich oh pata lag janda hai, odon hi agle location apni change kar jande hai, kareeb 3:30 baje di gal hai, 3:30 matlab around that time and all that, matlab assi kareeb kinne baje apan phadya ji 12:30 कर ली सी गल, हाँ 12:30 होया इमीडिएटली वो रेंट एग्रीमेंट की कॉपी भी मिल गई सी, जिहड़ा इसी ने रेंट एग्रीमेंट कराया गया सी, वो किराए ते लिता, अज 12:30 सारा कुछ ताज़ा ही है, एवरीथिंग सो मतलब यू नो दैट इज़ अ गुड पार्ट, मतलब विदाउट कोऑपरेशन मतलब इन्नी फास्ट मूविंग वर्ल्ड है, टेक्नोलॉजी है। हाँ जी ਨਹੀਂ ਦੇਖੋ ਜਿਹੜਾ ਉਹ 10 May ਨੂੰ ਜਿਹੜਾ ਉੱਥੇ ਜਿਹੜੀ ਵਾਰਦਾਤ ਖੰਨੇ ਹੁੰਦੀ ਹੈ ਦੁਰਾਹੇ ਦੇ ਕੋਲ, ਸੋ ਉਹਦੇ ਵਿੱਚ ਫਿਰ 15 ਨੂੰ ਉੱਥੇ ਗ੍ਰੇਨ ਮਾਰਕੀਟ 'ਚ ਹੋਇਆ, ਉਦੋਂ ਵੀ ਉਹ ਪੰਜਾਬ ਛੱਡ ਕੇ ਜਾ ਰਹੇ ਸੀਗੇ, ਯੂ ਨੋ ਅੱਜ ਦੇ ਜਿਹੜੇ ਇਹ ਲੋਕ ਹੈਗੇ ਹੈ ਇਹ ਬਹੁਤ ਮੋਬਾਈਲ ਹੈ ਜਿਹੜੇ ਕ੍ਰਿਮੀਨਲਸ ਹੈਗੇ ਹੈ, ਸੋ ਇਹ ਅੱਗੇ ਤੋਂ ਅੱਗੇ ਫਿਰ ਪਹੁੰਚ ਜਾਂਦੇ ਹੈ, ਗੱਡੀਆਂ ਇਹਨਾਂ ਕੋਲ ਹੈਗੀਆਂ, ਚੰਗੀਆਂ ਗੱਡੀਆਂ ਹੈਗੀਆਂ, ਸੋ ਕੋਈ ਹਾਰਡ ਐਂਡ ਫਾਸਟ ਨਹੀਂ ਹੁੰਦਾ, ਯੂ ਨੋ ਕ੍ਰਿਮੀਨਲਸ ਨੇ ਆਪਣੇ ਹਿਸਾਬ ਨਾਲ ਚੱਲਣਾ ਹੈ, ਸੋ ਵੀ ਕਾਂਟ ਸੇ ਫੋਰ ਸ਼ੋਰ ਕਿ ਕਿੰਨੀ ਦੇਰ ਰਹਿੰਦੇ ਸੀ, ਉਦਣ ਵੀ ਇਹਨਾਂ ਨੇ ਗੱਡੀ ਛੱਡੀ, ਫਿਰ ਦੂਸਰੀ ਗੱਡੀ ਪਹਿਲਾਂ ਇਕੱਠੇ ਹੋ ਗਏ, ਇੱਕ ਕੈਂਟਰ ਸਾਨੂੰ ਮਿਲ ਗਿਆ ਸੀ ਉਦਣ ਜਿੱਦਣ ਉਹ 15 ਦੀ ਵਾਰਦਾਤ ਹੋਈ ਹੈ, ਸੋ ਯੂ ਨੋ ਦੇਰ ਇਜ਼ ਨਥਿੰਗ ਹਾਰਡ ਐਂਡ ਫਾਸਟ, ਬਟ ਓਬਵੀਅਸਲੀ ਇਹ ਮਤਲਬ ਅੱਗੇ ਅੱਗੇ ਹਾਈਡ ਆਊਟ ਜਿਵੇਂ ਜਿਵੇਂ ਮਿਲਦੇ ਹੈ ਚੇਂਜ ਕਰਦੇ ਰਹਿੰਦੇ ਹੈ, ਹਿਮਾਚਲ ਨੂੰ ਯੂਜ਼ ਕਰਦੇ ਰਹੇ ਹੈਗੇ ਹੈ, ਸੋ ਬਟ ਦ ਥਿੰਗ ਇਜ਼ ਕਿ ਆਈ ਮੀਨ
So coordination is very good. Yeah. देखो वैपन्स का एक बहुत एक एक बहुत थ्राइविंग इंडस्ट्री हैगी है जिहड़ी वैपन्स की इसते काम करन दी लोड़ है असी टेकअप भी किया गया हैगा NIA ने भी कुछ केसिस किए हैगे हैं वैपन्स UP MP बिहार इस सारिया थावां तो आ रहे हैगे हैं पंजाब जिहड़ियां टारगेटेड किलिंग्स हुई सी 2016 दे विच उहदे विच भी वैपन बाहरों ही आए सी असी भी पहला गगन फड़िया सी आपां राहुल गगन ये राहुल तो MP वाला सीगा पहला आशीष फड़िया सी उहदा टारगेटेड किलिंग उस तो पहला आपां 56 वैपन जे फड़े सी गगन ने गौरव वो बिहार दा सीगा बिहार दा सीगा सो बड़ी वड्डी इंडस्ट्री है जिहड़ी है नहीं उसते भी सुबीर जी काफ़ी काम होया बठिंडा जी एक जेल प्रिजन डिपार्टमेंट ने बनाया है उत्थे काफ़ी ਤੁਸੀਂ ਸੁਣਿਆ ਕਿ DGP ਪੰਜਾਬ ਦਿਨਕਰ ਗੁਪਤਾ ਇਹਨਾਂ ਨੂੰ ਸੁਣ ਰਹੇ ਹੋ ਤੁਸੀਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਕੋਲਕਾਤਾ ਦੇ ਵਿੱਚ ਜੋ ਐਨਕਾਊਂਟਰ ਕੀਤਾ ਗਿਆ ਇਹਨੇ ਸਾਰੀ ਇੰਟੈਲੀਜੈਂਸ ਏਜੰਸੀ ਤੋਂ ਉਹਨਾਂ ਨੂੰ ਪੂਰਾ ਸਹਿਯੋਗ ਮਿਲਿਆ ਇਹ ਪੂਰੀ ਜਿਹੜੀ ਹੈ ਸੂਹ ਇਹਨਾਂ ਦੀ ਹਰ ਪਾਸੋਂ ਇਕੱਠੀ ਕੀਤੀ ਗਈ ਸੀ ਜੈਪਾਲ ਐਨਕਾਊਂਟਰ ਮਾਮਲੇ ਵਿੱਚ DGP ਨੇ ਜੋ ਬਿਆਨ ਦਿੱਤਾ ਉਹਨਾਂ ਨੇ ਦੱਸਿਆ ਕਿ ASI ਕਤਲ ਵਾਰਦਾਤ ਤੋਂ ਬਾਅਦ 5 ਸੂਬਿਆਂ ਦੇ ਵਿੱਚ ਜੈਪਾਲ ਨੂੰ ਫੜਨ ਲਈ ਜਾਲ ਵਿਛਾਇਆ ਗਿਆ ਸੀ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਿੱਚ ਗ੍ਰਿਫਤਾਰ ਜੈਪਾਲ ਦੇ ਸਾਥੀਆਂ ਤੋਂ ਪੁੱਛਗਿੱਛ ਹੀ ਇਹ ਆਧਾਰ ਬਣੀ ਜਿੱਥੋਂ ਪਤਾ ਲੱਗਿਆ ਕਿ ਕੋਲਕਾਤਾ 'ਚ ਨੇ ਆਪਰੇਸ਼ਨ ਜੈਕ ਦੇ ਤਹਿਤ ਇਹ ਸਾਰੀ ਕਾਰਵਾਈ ਕੀਤੀ ਗਈ ਤਾਂ ਪਹਿਲਾਂ ਮੱਧ ਪ੍ਰਦੇਸ਼ ਤੋਂ ਇਹਨਾਂ ਦੇ ਸਾਥੀ ਫੜੇ ਉਹਨਾਂ ਤੋਂ ਪੁੱਛਗਿੱਛ ਹੋਈ ਫਿਰ ਪਤਾ ਲੱਗਿਆ ਕਿ ਕਿੱਥੇ ਜਾ ਕੇ ਇਹਨਾਂ ਦਾ ਹਾਈਡ ਆਊਟ ਹੈ ਕਿੱਥੇ ਲੁਕੇ ਹੋਏ ਨੇ ਅਤੇ ਜੈਪਾਲ ਭੁੱਲਰ ਕੌਣ ਸੀ ਇਹ ਵੀ ਤੁਹਾਨੂੰ ਅਸੀਂ ਲਗਾਤਾਰ ਦੱਸ ਰਹੇ ਹਾਂ 10 ਲੱਖ ਰੁਪਏ ਦਾ ਇਸ ਦੇ ਸਿਰ ਦੇ ਉੱਤੇ ਇਨਾਮ ਰੱਖਿਆ ਗਿਆ ਸੀ ਜੈਪਾਲ ਦੇ ਸਾਥੀ ਜਸਪ੍ਰੀਤ ਜੋ ਵੀ ਉਹ ਵੀ ਮਾਰਿਆ ਗਿਆ ਉਸ ਦੇ ਉੱਪਰ 5 ਲੱਖ ਰੁਪਏ ਦਾ ਇਨਾਮ ਸੀ ਜੈਪਾਲ ਭੁੱਲਰ ਦੇ ਉੱਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ 50 ਤੋਂ ਵੱਧ ਮਾਮਲੇ ਦਰਜ ਸਨ ਕਤਲ ਲੁੱਟ ਖੋਹ ਆਰਮਜ਼ ਐਕਟ ਤਹਿਤ ਕਈ ਮਾਮਲੇ ਇਸ ਦੇ ਉੱਪਰ ਦਰਜ ਸਨ ਪਿਛਲੇ 5 ਸਾਲਾਂ ਤੋਂ ਵੱਖ ਵੱਖ ਸੂਬਿਆਂ ਦੀ ਪੁਲਿਸ ਨੂੰ ਭੁੱਲਰ ਦੀ ਭਾਲ ਸੀ ਕਿਸੇ ਵੇਲੇ ਇਹ ਹੈਮਰ ਥਰੋ ਦਾ ਖਿਡਾਰੀ ਹੁੰਦਾ ਸੀ ਜੈਪਾਲ ਭੁੱਲਰ ਗੈਂਗਸਟਰ ਸੁੱਖਾ ਕਾਲਵਾ ਦੇ ਕਤਲ ਦੇ ਵਿੱਚ ਵੀ ਜੈਪਾਲ ਦੀ ਸ਼ਮੂਲੀਅਤ ਦੱਸੀ ਜਾ ਰਹੀ ਸੀ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਜੈਪਾਲ ਭੁੱਲਰ ਅਤੇ 15 ਮਈ ਨੂੰ ਜੋ ਜਗਰਾਓਂ ਦੇ ਵਿੱਚ 2 ASI ਕਤਲ ਹੋਇਆ ਉਸ ਤੋਂ ਬਾਅਦ ਇਸ ਦੀ ਭਾਲ ਬਹੁਤ ਪੂਰੀ ਤੇਜ਼ ਕਰ ਦਿੱਤੀ ਗਈ ਸੀ